ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਤੁਸੀਂ ਅੱਗੇ ਰੱਖ ਦਿਓ ਥਾਲੀ ਪ੍ਰਸ਼ਾਦੇ ਦੀ ਜਾਂ ਕੁਝ ਹੋਰ, ਚਲੋ ਕਹਿ ਦਿਓ ਕੁਝ ਵੀ ਤੇ ਚੱਕ ਲਓ, ਉਹ ਗੱਲ ਕੁਝ ਹੋਰ ਹੈ। ਤੇ ਬਾਬਾ ਜੀ ਦੀ ਮਰਿਆਦਾ ਅਨੁਸਾਰ ਥਾਲੀ ਰੱਖੋ ਗੁਰੂ ਸਾਹਿਬ ਅੱਗੇ, ਤੇ ਕੌਲੀ ਖਾਲੀ ਰੱਖੋ, ਗੜਵੀ 'ਚ ਜਲ ਰੱਖੋ, ਇੰਜ ਹੱਥ ਧੁਆਓ ਧਾਰ ਬਣਾ ਕੇ ਵੀ ਜੋ ਬਾਬਾ ਜੀ ਨੇ ਇੱਥੇ ਪ੍ਰੇਮ ਸਿਖਾਇਆ ਵੀ ਭਾਵਨਾ ਬਣਾਉਣੀ ਹੈ, ਸਤਿਗੁਰੂ ਹੱਥ ਧੋਰੇ ਤੌਲੀਆ ਅੱਗੇ ਕਰੋ, ਇਹ ਸੁਰਤੀ ਦਾ ਭੋਗ ਹੈ। ਅਸੀਂ ਬਾਬਾ ਆਨੰਦ ਸਿੰਘ ਵਰਗੀ ਕਮਾਈ ਨਹੀਂ ਪ੍ਰਤੱਖ ਲਵਾ ਲਈਏ ਕਿ ਤੌਲੀਆ ਅੱਗੇ ਕਰੋ ਵੀ ਭਾਵਨਾ ਬਣਾਓ, ਪੂੰਜੀ ਸਤਿਗੁਰ ਨੇ ਹੱਥ ਪੂੰਜੇ ਹੈ, ਹੁਣ ਉਸ ਤੋਂ ਪਹਿਲੇ ਸ਼ਸਤਰ ਭੇਟ ਕਰਨਾ ਹਰ ਚੀਜ਼ ਨੂੰ, ਫਿਰ ਉੱਤੇ ਹੁਣ ਕੱਪੜਾ ਪਾਤਾ ਵੀ ਥਾਲ ਲਾਤਾ, ਉਸ ਤੋਂ ਬਾਅਦ ਸਮਾਂ ਹੈਗਾ ਤਾਂ ਕਮਰਾ ਦਾ ਬੂਹਾ ਢੋ ਕੇ ਬਾਹਰ ਇੱਕ ਜਪਜੀ ਸਾਹਿਬ ਦਾ ਪਾਠ ਵੀ ਸਤਿਗੁਰੂ ਅੰਦਰ ਛਕ ਰਹੇ ਨੇ, ਬਹੁਤ ਬਿਜ਼ੀ ਅਤੇ ਉਹਨਾਂ 5-10 ਮਿੰਟ ਵਾਹਿਗੁਰੂ ਜਪਦੇ ਹੋ, ਕੋਈ ਰਸੋਈ 'ਚ ਕੰਮ ਕਰਨਾ, ਅਤੇ ਤੁਸੀਂ ਦੱਸੋ ਕਿ ਕਿੱਥੇ ਥਾਲੀ ਰੱਖ ਕੇ ਦੂਜੀ ਗੱਲ ਕਹਿ ਦੇਣੀ, ਅਤੇ ਕਿਤੇ ਇੰਜ ਭਾਵਨਾ ਦੇ ਨਾਲ ਭੋਗ ਲਾਉਣਾ। ਮੈਂ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਹੈ, ਜ਼ਮੀਨ ਅਸਮਾਨ ਦਾ ਬਾਬੇ ਆਨੰਦ ਸਿੰਘ ਦੇ ਘਰ ਵਿੱਚ ਬਾਰਡਰ ਟੱਪ ਕੇ ਪ੍ਰੇਮ ਸਿਖਾਇਆ ਜਾਂਦਾ ਹੈ, ਪ੍ਰੀਤ ਸਿਖਾਈ ਜਾਂਦੀ ਹੈ। ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣ ਦੀ ਵਿਧੀ ਤੇ ਜੁਗਤੀ ਗੱਜ ਕੇ ਆਖੋ ਸਤਨਾਮ, ਆ ਦਿੱਤੀਆਂ ਜਾਂਦੀ ਹੈ, ਇਹ ਕਿਰਪਾ ਬਖਸ਼ਿਸ਼ ਹੁੰਦੀ ਹੈ। ਇਹ ਮੈਂ ਖੁਦ ਮਹਾਂਪੁਰਸ਼ਾਂ ਤੋਂ ਸੁਣਿਆ, ਅੱਜ ਇਹਨਾਂ ਦੇ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਪ੍ਰਕਾਸ਼। ਵੈਸੇ ਤੁਸੀਂ ਆਸਣ ਲਾਇਆ ਘਰ, ਕਿਸੇ ਜਗ੍ਹਾ ਨਿਤਨੇਮ ਕਰਦੇ ਹੋ, ਆਸਣ ਲਾਇਆ ਸੈਂਚੀ ਦਾ ਜਾਂ ਸਰੂਪ ਦਾ ਜਾਂ ਸ਼ਸਤਰ ਦਾ, ਭੋਗ ਉੱਥੇ ਵੀ ਲਵਾ ਲਿਆ ਕਰੋ, ਉਹ ਵੀ ਪ੍ਰਵਾਨ ਹੁੰਦਾ, ਥਾਲੀ ਉੱਥੇ ਵੀ ਲੈ ਜਾਇਆ ਕਰੋ। ਇਹ ਮੈਂ ਖੁਦ ਜੁੜੇ ਹੋਏ ਮਹਾਂਪੁਰਸ਼ਾਂ ਤੋਂ ਸੁਣਿਆ। ਬਾਈ ਚਾਂਸ ਨਹੀਂ ਸੇਵਾ ਕਰ ਸਕਦੇ ਪ੍ਰਕਾਸ਼ ਨਹੀਂ, ਭੋਗ ਘਰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜੋ ਰਸੋਈ 'ਚ ਬਣਦਾ ਥਾਲੀ ਲਿਜਾ ਕੇ ਇੰਜ ਭਾਵਨਾ ਨਾਲ ਲਵਾਇਆ ਕਰੋ। ਕਹਿੰਦੇ ਜਿਸ ਘਰ ਵਿੱਚ ਇੰਜ ਭਾਵਨਾ ਨਾਲ ਭੋਗ ਲਵਾਇਆ ਜਾਵੇ, ਉੱਥੇ ਕਿਸੇ ਅਵਗਤ ਰੂਹ ਦਾ ਕਦੀ ਵਾਸਾ ਨਹੀਂ ਹੁੰਦਾ। ਪ੍ਰੇਮ ਸਿਖਾਇਆ ਬਾਬਾ ਜੀ ਨੇ। ਮੈਨੂੰ ਇੱਕ ਸੱਜਣ ਕਹਿੰਦਾ ਵੀ ਤੁਸੀਂ ਕੀਰਤਨ ਕਰਦਿਆਂ ਕਰਦਿਆਂ ਕਹਿੰਦਾ ਤੁਹਾਡੀ ਵੋਲੀਅਮ ਬੜੀ ਉੱਚੀ ਹੋ ਜਾਂਦੀ, ਆਖੋ ਸਤਨਾਮ। ਹੁਣ ਤਾਂ ਮੇਰਾ ਕੰਮ ਥੋੜ੍ਹਾ ਬੁਖਾਰ ਵੀ ਅਤੇ ਜ਼ੁਕਾਮ ਵੀ ਹੈ, ਅਤੇ ਕਈ ਵਾਰੀ ਆਪਣਾ ਵੋਲੀਅਮ ਤਾਂ ਚਲੀ ਜਾਂਦੀ ਹੈ। ਮੈਨੂੰ ਕਹਿੰਦਾ ਤੁਹਾਡੀ ਵੋਲੀਅਮ ਬੜੀ ਤਾਂ ਹੋਰ ਨਾਲ ਕੰਮ ਸ਼ੁਰੂ ਹੋ ਜਾਂਦਾ। ਮੈਂ ਕਿਹਾ ਬਾਬਿਆਂ ਦਾ ਸੀਤ ਪ੍ਰਸ਼ਾਦ ਛਕੀਦਾ, ਗਾਹ ਕੇ ਆਖੋ ਸਤਨਾਮ। ਮੈਂ ਕਿਹਾ ਆਪਣੇ, ਕਿਉਂਕਿ ਸਾਡੀ ਭਾਵਨਾ, ਕਿਉਂਕਿ ਮੈਂ ਇਹਨੂੰ ਬੜੀ ਖੁਸ਼ੀ ਮਹਿਸੂਸ ਕਰਦਾ ਜੋ ਵੀ ਆਪਣਾ ਨੇਮ ਕਰ ਰਹੇ ਹੁੰਦਾ, ਅਤੇ ਜਦੋਂ 8:45 ਵਜਦੇ ਨਾ ਸਵੇਰੇ, 8:30-9, ਚਲੋ ਗ੍ਰਸਤੀਆਂ ਦੇ ਘਰ ਮੁਤਾਬਕ ਜਦੋਂ ਥਾਲੀ ਆਉਂਦੀ ਸਤਿਗੁਰਾਂ ਦੇ ਕਮਰੇ 'ਚ, ਅਤੇ ਫਿਰ ਉਹ ਘਰ ਵਾਲੇ ਆਵਾਜ਼ ਦਿੰਦੇ ਵੀ ਭੋਗ ਲਵਾ ਲਓ, ਅਤੇ ਉਹ ਫਿਰ ਜਦੋਂ ਅਰਦਾਸ ਕਰੀ ਦੀ ਹੈ ਵੀ ਸਤਿਗੁਰੂ ਥਾਲ ਸਜਿਆ, ਪਹਿਲੇ ਕਿਰਪਾਨ ਧੋ ਕੇ ਹਰ ਚੀਜ਼ ਨੂੰ ਭੇਟ ਕਰਕੇ ਕੌਲੀ ਰੱਖ ਕੇ, ਸਤਿਗੁਰੂ ਜੀ ਆਪ ਜੀ ਹੋਵੋ, ਹਾਜ਼ਰ ਹੋਵੋ ਹੁਣ, ਅਤੇ ਥਾਲਾ ਸਜਿਆ, ਅਤੇ ਫਿਰ ਉਹ ਜਦੋਂ ਗੜਵੀ ਨਾਲ ਜਲ ਇੰਜ ਪਾਈਦਾ, ਕੌਲੀਆਂ ਕਰੀਦਾ, ਮੈਨੂੰ ਉਸ ਵੇਲੇ ਇੰਨੀ ਠੰਡ ਮਹਿਸੂਸ ਹੁੰਦੀ। ਮੈਂ ਕਹਿੰਦਾ ਆਪਣੇ ਮਨ 'ਚ, ਗੁਰੂ ਗੋਬਿੰਦ ਸਿੰਘ ਸਾਡੇ ਕਿੱਡੇ ਵੱਡੇ ਭਾਗ ਨੇ, ਸਾਨੂੰ ਬਾਬਾ ਕੁੰਦਨ ਸਿੰਘ ਵਰਗਾ, ਬਾਬਾ ਆਨੰਦ ਸਿੰਘ ਵਰਗਾ ਘਰ ਮਿਲਿਆ, ਕਿੱਡੇ ਵੱਡੇ ਭਾਗ ਨੇ, ਤੂੰ ਨਿਤਨੇਮ ਵੀ ਕਰਾਉਂਦਾ ਅਤੇ ਤੂੰ ਪ੍ਰਸ਼ਾਦਾ ਇੰਜ ਭੋਗ ਲਵਾਉਣ ਦੀ ਸੇਵਾ ਵੀ ਲੈਣਾ ਪਿਆ। ਹੁਣ ਉਸ ਵੇਲੇ ਤੁਸੀਂ ਜੋ ਮਰਜ਼ੀ ਦੁੱਖ ਰੱਖ ਲਓ, ਜੋ ਮਰਜ਼ੀ ਗੱਲ ਗੁਰੂ ਨਾਲ ਕਰ ਲਓ, ਭਾਵੇਂ ਉਹ, ਮੈਂ ਉਹ ਨਹੀਂ ਕਹਿ ਰਿਹਾ ਵੀ ਸਾਹਮਣੇ ਪ੍ਰਤੱਖ ਬਹਿ ਗਏ, ਪਰ ਤੁਸੀਂ ਉਹਨੂੰ ਜਦੋਂ ਭਾਵਨਾ ਬਣਾ ਲਈ ਨਾ, ਭਾਵਨਾ 'ਚ ਆ ਗਿਆ ਵੀ ਸਤਿਗੁਰੂ ਬਿਰਾਜਮਾਨ ਹੋ ਗਏ, ਹੱਥ ਧੋ ਰਹੇ ਆ, ਹੱਥ ਪੂੰਝ ਰਹੇ ਆ, ਅਤੇ ਹੁਣ ਥਾਲੀ ਲਾ ਕੇ ਤੁਸੀਂ ਥੋੜ੍ਹਾ ਜਿਹਾ ਬੂਹਾ ਢੋ ਕੇ ਆ ਗਏ ਵੀ ਮਹਾਰਾਜ ਛਕ ਰਹੇ ਨੇ, ਅਤੇ ਫਿਰ ਜਦੋਂ 10 ਮਿੰਟ ਬਾਅਦ ਫਿਰ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਅੰਦਰ ਆਈਦਾ, ਫਿਰ ਹੱਥ ਧੁਆਈਦੇ, ਫਿਰ ਤੌਲੀਆ ਕਰੀਦਾ, ਉਹ ਫਿਰ ਜਿਹੜੀ ਕੌਲੀ 'ਚ ਦਾਸ ਹੱਥ ਧੁਆਉਂਦਾ ਨਾ, ਅਤੇ ਉਹ ਕੌਲੀ ਦੇ ਜਲ ਨੂੰ ਜਦੋਂ ਗੜਵੀ 'ਚ ਪਾਈਦਾ, ਅਤੇ ਥੋੜ੍ਹਾ ਜਿਹਾ ਫਿਰ ਮੈਂ ਤਲੀ 'ਤੇ ਪਾ ਲੈਣਾ,
ਉਹਨੂੰ ਅੰਮ੍ਰਿਤ ਸਮਝ ਕੇ ਨਾ ਅਤੇ ਫਿਰ ਛਕ ਲਈਦਾ ਅਤੇ ਮੈਨੂੰ ਜਿਹਨੇ ਕਿਹਾ ਨਾ ਵੋਲੀਅਮ ਉੱਚੀ, ਮੈਂ ਕਿਹਾ ਬਾਬੇ ਦੇ ਹੱਥ ਧੋਤੇ ਵਾਲਾ ਜਲ ਛਕੀਦਾ ਵੋਲੀਅਮ ਉੱਚੀ ਹੋਣੀ ਆ ਆਖੋ ਸਤਨਾਮ। ਇਹ ਜਿੰਨੀਆਂ ਸੰਗਤਾਂ ਬੈਠੀਆਂ ਪਿਤਾ ਜੀ ਦੇ ਚਰਨਾਂ ਵਿੱਚ, ਜੇ ਦਾਸ ਦੀ ਅੱਖ ਨਾਲ ਵੇਖੋਗੇ ਨਾ ਤੇ ਨਾਨਕ ਸਰ ਦੀ ਮਰਿਆਦਾ ਸਿਰੇ ਦੀ ਮੁਕਤੀ ਦੀ ਮਰਿਆਦਾ ਹੈ, ਸਿਰੇ ਦੀ ਮੁਕਤੀ ਦੀ। ਗੱਜ ਕੇ ਆਖੋ ਸਤਨਾਮ, ਸਿਰੇ ਦੀ ਮੁਕਤੀ ਦੀ। ਆ ਇੱਕ ਮਿੰਟ ਪੜ੍ਹਿਓ ਪਿਆਰ ਦੇ ਨਾਲ, ਇਹ ਬਹੁਤ ਵੱਡੀ ਦੇਣ ਬਾਬਾ ਜੀ ਦੀ, ਜਿਨ੍ਹਾਂ ਨੇ ਸਾਡੇ ਅੰਦਰੋਂ ਮੁਕਾਤਾ। ਇਹ ਵਰਕੇ ਨਹੀਂ, ਇਹ ਸ਼ਾਹੀ ਨਹੀਂ, ਇਹ ਜਲਦ ਨਹੀਂ, ਇਹ ਅੱਖਰ ਨਹੀਂ, ਇਹ ਇੱਕ ਇੱਕ ਅੱਖਰ ਗੁਰੂ ਨਾਨਕ ਆਖੋ ਸਤਨਾਮ। ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਜਿਨ੍ਹਾਂ ਨੇ ਆ ਸਾਨੂੰ ਪੂਰਨੇ ਪਾਏ, ਗੱਲਾਂ ਵੀ ਕਰਦੇ ਹੈ, ਇਹ ਅਗਵਾਈ ਵੀ ਦਿੰਦੇ। ਗੱਜ ਕੇ ਆਖੋ ਸਤਨਾਮ। ਪ੍ਰੇਮ ਹੀ ਪ੍ਰੇਮ, ਪਿਆਰ ਹੀ ਪਿਆਰ, ਤੋੜ ਕੇ ਕੱਟੜਤਾ ਨੂੰ। ਇਸ ਘਰ ਨੇ ਸਿਰੇ ਦੀ ਮੁਕਤੀ ਦਾ ਰਸਤਾ ਦਿੱਤਾ। ਗੱਜ ਕੇ ਕਹਿ ਦਿਓ ਸਤਨਾਮ। ਆ ਕਰਿਓ ਪਿਆਰ ਨਾ ਜੀ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ। ਹਮ ਚਾਕਰ ਗੋ, ਇੱਥੋਂ ਬੈਟਰੀਆਂ ਚਾਰਜ ਕਰਕੇ ਜਾਇਓ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ, ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ। ਬੋਲੋ ਜੀ, ਹਮ ਚਾਕਰ ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ, ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ, ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰ ਹਮਾਰਾ, ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰ ਹਮਾਰਾ। ਠਾਕੁਰ ਮੇਰਾ ਪਾਰਾ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ। ਬੋਲੋ ਭੈਣੋ, ਹਮ ਗੱਜ ਕੇ ਕਹਿ ਦਿਓ ਸਤਨਾਮ। ਸੰਗਤ ਜੀ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਗੱਜ ਕੇ ਆਖੋ ਸਤਨਾਮ। ਇਹ ਜਿੰਨੀਆਂ ਸੰਗਤਾਂ ਬੈਠੀਆਂ ਜੇ, ਬਾਬਾ ਆਨੰਦ ਸਿੰਘ ਜੀ ਦੀਆਂ ਬਣਾਈਆਂ ਮਰਿਆਦਾ, ਬਾਬਾ ਈਸ਼ਰ ਸਿੰਘ, ਉਹਨਾਂ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ, ਉਸ ਪ੍ਰੇਮ ਦੇ ਪ੍ਰਚਾਰ ਨੂੰ ਵੰਡਿਆ ਤੇ ਸਾਡੇ ਵਰਗੇ ਨਿਮਾਣੇ ਵੀ ਉਹ ਵੰਡਣ ਵੇਲੇ ਸਾਧ ਸੰਗਤ ਉਹਨਾਂ ਦੇ ਚਰਨਾਂ ਚੋਂ ਝੋਲੀਆਂ ਭਰਵਾਈਆਂ। ਆਖੋ ਸਤਨਾਮ। ਕਿਰਪਾ ਲਈ ਆ ਇਹ, ਮੈਂ ਤਾਂ ਬੇਨਤੀ ਕਰ ਰਿਹਾ ਕਿ ਪਤਾ ਹੋਵੇ ਆ ਵਿਛਾਈ ਹੋਈ ਹੈ, ਆ ਕਿਉਂ ਨਹੀਂ ਵਿੱਚੋਂ ਕੋਈ ਲੰਘ ਸਕਦਾ, ਇਹ ਹੈ ਹੋਰ ਕਿਤੇ।
ਇਹ ਸਾਡੇ ਬਾਬਾ ਜੀ ਦੀਆਂ ਭਾਵਨਾ, ਮਾਲਕ ਉਹ ਬੈਠੇ ਆ ਤੇ ਆਹ ਜਗ੍ਹਾ ਖਾਲੀ ਰੱਖਦੇ ਸੀ, ਕਹਿੰਦੇ ਭਾਈ ਇਹ ਕਲਗੀਆਂ ਵਾਲੇ ਦੇ ਸ਼ਹੀਦ ਸਿੰਘ ਬੈਠਦੇ ਆ, ਗੱਜ ਕੇ ਆਖੋ ਸਤਨਾਮ। ਹੁਣ ਤੁਸੀਂ ਬੈਠਦੇ ਵੀ ਆ, ਗੁਰਬਾਣੀ ਨੇ ਮੰਨਿਆ, ਗੁਰਬਾਣੀ ਨੇ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ ਦਰਸ਼ਨ, ਸਾਧ ਸੰਗਤ ਮੇਰੋ ਨਿਜ ਰੂਪ ਹੈ। ਹੋ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇੱਕ ਰਾਗੀ ਸਿੰਘ ਨੂੰ ਜਲਦੀ ਭਾਤਾ ਤੇ ਸੰਤ ਅਤਰ ਸਿੰਘ ਜੀ ਸਮੇਂ ਦੀਵਾਨ ਲਾਉਂਦੇ ਸੀ ਮਹਾਂਪੁਰਸ਼, ਉਹ ਕਹਿੰਦਾ ਜੀ ਅਜੇ 50 ਕੁ ਬੰਦੇ ਬੈਠੇ, ਮੈਨੂੰ ਉਦੋਂ ਭਾਓ ਜਦੋਂ ਭਰ ਜੇ ਜਰਾ ਪੰਡਾਲ, ਆਖੋ ਸਤਨਾਮ। ਅਜੇ 50 ਸੌ ਹੀ ਬੈਠਾ ਵੀ ਜਦੋਂ ਭਰ ਜੇ ਮੈਨੂੰ ਉਦੋਂ। ਤੇ ਸੰਤ ਅਤਰ ਸਿੰਘ ਕਹਿੰਦੇ ਓਏ ਮੇਰੀਆਂ ਅੱਖਾਂ ਨਾਲ ਵੇਖ, ਮੇਰੀਆਂ ਅੱਖਾਂ ਨਾਲ ਤੂੰ ਕਹਿੰਦਾ 50-100 ਬੈਠਾ, ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਾਇਆ ਦਾ ਕੋਈ ਮਤਲਬ ਨਹੀਂ, ਨਿਰੋਲ ਕੀਰਤਨ ਹੋ ਰਿਹਾ, ਉੱਥੇ ਅਸੀਂ ਤੁਸੀਂ ਨਹੀਂ। ਸੰਤ ਅਤਰ ਸਿੰਘ ਕਹਿੰਦੇ ਵੇਖ ਪੰਡਾਲ ਤੇ ਭਰਿਆ ਪਿਆ, ਸ਼ਹੀਦ ਸਿੰਘ ਵੀ ਬੈਠੇ ਹੈ, ਦੇਵੀ ਦੇਵਤੇ ਵੀ ਹਾਜ਼ਰੀ ਭਰ ਰਹੇ। ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਸੰਗਤ ਜੀ। ਇਹ ਮੈਂ ਸੱਚ ਕਹਿੰਦਾ, ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬੈਠੇ ਹੋਈਏ, ਇੰਜ ਚੌਰ ਸਾਹਿਬ ਬਹਿ ਕੇ ਹੀ ਕਰੀ ਜਾਈਏ, ਕਦੀ ਸਤਿਗੁਰੂ ਨੂੰ ਵੱਜੇ ਕਿਤੇ ਵੱਜੇ, ਬਣ ਜੂ ਸ਼ਰਧਾ। ਇਹ ਬਾਬਾ ਜੀ ਦਾ ਘਰ ਹੈ ਜਿਹੜੇ ਸਿਖਾਉਂਦੇ ਆ, ਚੌਰ ਸਾਹਿਬ ਖਲੋ ਕੇ ਕਰ, ਗੱਜ ਕੇ ਆਖੋ ਸਤਨਾਮ। ਉਹ ਹਾਜ਼ਰ ਬੈਠਾ ਬਾਬਾ ਜੀ, ਇੱਥੋਂ ਤੱਕ ਕਹਿ ਦਿੰਦੇ ਸੀ ਉਹ ਦਸਤਾਰ ਨੂੰ ਵੱਜ ਰਹੀ ਗੁਰੂ ਨਾਨਕ ਦੇ, ਆਖੋ ਸਤਨਾਮ। ਇੱਥੇ ਭਾਵਨਾ ਸਿਖਾਈ ਜਾਂਦੀ, ਇੱਥੇ ਉਹ ਬਾਰਡਰ ਟਪਾਇਆ ਜਾਂਦਾ ਜਿਹੜਾ ਬਾਰਡਰ ਟੱਪਣ ਲਈ ਜਨਮ ਲਿਆ। ਪ੍ਰੇਮ ਸਿਖਾਇਆ ਜਾਂਦਾ, ਪ੍ਰੀਤ ਸਿਖਾਈ ਜਾਂਦੀ। ਆ ਪੜ੍ਹ ਲਓ ਇੱਕ ਮਿੰਟ ਪਿਆਰ ਦਾ। ਇਹ ਨਾਨਕਸਰ ਦੀ ਧਰਤੀ ਮੁਕਤੀ ਦਾ ਦਰਵਾਜ਼ਾ, ਨਾਨਕਸਰ ਦੀ ਧਰਤੀ ਮੁਕਤੀ ਦਾ ਦਰਵਾਜ਼ਾ, ਨਾਨਕਸਰ ਦੀ ਧਰਤੀ ਮੁਕਤੀ ਦਾ ਦਰਵਾਜ਼ਾ, ਨਾਨਕਸਰ ਦੀ ਧਰਤੀ ਮੁਕਤੀ ਦਾ ਦਰਵਾਜ਼ਾ। ਬਾਬਾ ਜੀ ਓ ਨਾਨਕ ਸਾਧ ਦੇ, ਨਾਨਕ ਸਰ ਦੀ ਧਰਤੀ ਮੁਕਤੀ ਦਾ ਦਰਵਾਜ਼ਾ, ਨਾਨਕ ਸਰ ਦੀ ਧਰਤੀ ਮੁਕਤੀ ਦਾ ਦਰਵਾਜ਼ਾ। ਜਗਤ ਤਰਾਇਆ ਜਾਣਿਆ ਮਨ ਕਾ